ਪੰਜਾਬ ਕਾਂਗਰਸ ਵੱਲੋਂ ਸੀਐਮ ਚਿਹਰੇ ਦੀ ਅਨਾਉਂਸਮੈਂਟ ਨਹੀਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਬਹੁਤ ਸਾਰੇ ਕਿੰਤੂ ਪ੍ਰਿੰਤੂ ਜਿਹੜੇ ਕੀ ਪਾਰਟੀ ਦੇ ਕੀਤੇ ਜਾ ਰਹੇ ਸਨ ਪਰ ਬੀਤੇ ਦਿਨੀ ਰਾਹੁਲ ਗਾਂਧੀ ਹੋਰਾਂ ਵੱਲੋਂ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਹੋਰਾਂ ਤੇ ਦੁਬਾਰਾ ਤੋਂ ਭਰੋਸਾ ਕੀਤਾ ਗਿਆ ਅਤੇ ਚੰਦਰ ਸਿੰਘ ਚੰਨੀ ਹੋਰਾਂ ਨੂੰ ਜਿਹੜਾ ਕੀ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਜਿਹੜਾ ਕੀ ਅਨਾਉਂਸ ਕੀਤਾ ਗਿਆ ਗੱਲਬਾਤ ਕਰ ਲੈਣਾ ਆਮ ਆਦਮੀ ਪਾਰਟੀ ਤੋਂ ਜਰਨੈਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਰਨੈਲ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਉਹ ਹੁਣ ਕਾਂਗਰਸ ਨੇ ਸੀਐਮ ਦਾ ਚਿਹਰਾ ਅਨਾਉਂਸ ਕਰ ਦਿੱਤਾ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਸੀਐਮ ਚੰਨੀ ਨੂੰ ਇਸਤੇਮਾਲ ਕੀਤਾ ਗਿਆ ਪਰ ਕੱਲ ਉਹਨਾਂ ਵੱਲੋਂ ਅਨਾਉਂਸਮੈਂਟ ਕਰ ਆ ਆ ਵੇਖੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਵਿੱਚ ਕੈਰੈਕਟਰਲੈਸ ਹੋਣਾ ਕਰਪਟ ਹੋਣਾ ਇੱਕ ਕਿਸਮ ਦੀ ਕੁਆਲਿਫਿਕੇਸ਼ਨ ਬਣ ਗਈ ਹੈ ਬਈ ਕੋਈ ਵੱਡਾ ਉਹਦਾ ਚਾਹੀਦਾ ਤੇ ਤੁਹਾਡੇ ਚ ਇਹ ਗੁਣ ਹੋਣੇ ਜ਼ਰੂਰੀ ਨੇ ਸਾਰੇ ਜਾਣਦੇ ਆ ਪਿਛਲੇ ਦਿਨਾਂ ਚ ਕੈਪਟਨ ਸਾਹਿਬ ਦੇ ਸਕੇ ਭਣਜੇ ਦੇ ਘਰ ਰੇਡ ਪਈ ਈਡੀ ਨੇ ਉਹਨਾਂ ਨੂੰ ਚੱਕ ਵੀ ਲਿਆ ਤੇ ਉੱਥੋਂ ਕਰੋੜਾ ਰੁਪਇਆ ਬਰਾਮਦ ਵੀ ਹੋਇਆ ਇਹ ਸਾਰੀ ਚੀਜ਼ਾਂ ਸਾਫ਼ ਪ੍ਰਮਾਣਿਤ ਕਰਦੀਆਂ ਨੇ ਪ੍ਰਮਾਣਿਤ ਕਰਦੀਆਂ ਨੇ ਤੇ ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਜਦੋਂ ਮੁੱਖ ਮੰਤਰੀ ਸਾਹਿਬ ਆਪ ਇਸ ਚੀਜ਼ ਨੂੰ ਐਕਸੈਪਟ ਕਰ ਲੈਣ ਬਈ ਮੇਰੇ ਤੋਂ ਗਲਤੀ ਹੋ ਗਈ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ ਹੁਣ ਭਾਵੇਂ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਕਹਿ ਦੇਣ ਕਿ ਬਈ ਮੈਂ ਆਪਣੇ ਨਾਂ ਤੇ ਤੇ ਆਪਣੀ ਵੋਟੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਲਾਂਗਾ ਤੇ ਪ੍ਰਾਪਰਟੀ ਲੈਣ ਦੀ ਕੋਈ ਲੋਲ ਵੀ ਨਹੀਂ ਰਹਿੰਦੀ ਜਦੋਂ ਤੁਹਾਡੇ ਰਿਸ਼ਤੇਦਾਰ 4 ਮਹੀਨੇ ਦੀ ਸਰਕਾਰ ਦੇ ਅੰਦਰ ਹੀ ਸੈਂਕੜੇ ਕਰੋੜ ਰੁਪਏ ਇਕੱਠਾ ਕਰ ਲੈਣ ਆ ਤੇ ਉਹ ਉਸਕੇ ਮਜਾੜਾ ਸਾਹਮਣੇ ਆ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਏਦਾਂ ਦੇ ਵੀ ਹੋਣਗੇ ਜਿਹੜੇ ਲੋਕਾਂ ਦੇ ਸਾਹਮਣੇ ਹੀ ਨਹੀਂ ਆਏ ਖੈਰ ਕੱਲ ਤੋਂ ਹੀ ਆਪਾਂ ਵੇਖਦੇ ਆ ਪੰਜਾਬ ਦੇ ਲੋਕਾਂ ਨੂੰ ਤੇ ਪਹਿਲਾਂ ਹੀ ਕੋਈ ਆਸ ਨਹੀਂ ਬਚੀ ਸੀ ਕਾਂਗਰਸ ਤੋਂ ਪਰ ਕੱਲ ਤੋਂ ਕਾਂਗਰਸ ਪਾਰਟੀ ਦੇ ਅੰਦਰ ਵੀ ਇੱਕ ਨਿਰਾਸ਼ਾ ਦਾ ਮਾਹੌਲ ਹੈ ਤੁਸੀਂ ਉਸ ਟਾਈਮ ਵੀ ਲੀਡਰਾਂ ਦੇ ਮੂੰਹ ਤੇ ਵੇਖਿਆ ਹੁਣ ਨਾ ਤੇ ਵਰਕਰਾਂ ਨੂੰ ਹੁਣ ਕੋਈ ਆਸ ਬਚੀ ਹੈ ਤੇ ਨਾ ਆ ਆਮ ਲੀਡਰਾਂ ਨੂੰ ਕੋਈ ਆਸ ਬਚੀ ਹੈ ਕਾਂਗਰਸ ਪਾਤਮੀ ਪਾਰਟੀ ਤੋਂ ਦੋਸ਼ ਲਾ ਰਹੀ ਸੀ ਨਾ ਕਹਿੰਦੇ ਜੀ ਇਹ ਕਿ ਹਾਈ ਕਮਾਂਡ ਨੇ ਕਾਂਗਰਸ ਹਾਈ ਕਮਾਂਡ ਨੇ ਚੰਦਰ ਸਿੰਘ ਚੰਨੀ ਹੋਰਾਂ ਦਾ ਇਸਤੇਮਾਲ ਕੀਤਾ ਤੇ ਹੁਣ ਸੀਐਮ ਚੇਰਾ ਕਿਉਂ ਨਹੀਂ ਅਨਾਉਂਸ ਕਰ ਰਹੇ ਉਹਨਾਂ ਨੇ ਕਰਤਾ ਉਹ ਕਹਿੰਦੇ ਇਸਤੇਮਾਲ ਨਹੀਂ ਕੀਤਾ ਅਸੀਂ ਆਮ ਲੋਕਾਂ ਦੇ ਵਿੱਚੋਂ ਚੱਕ ਕੇ ਲੈਂਦਾ ਸੀ ਦੋਸ਼ ਅਸੀਂ ਨਹੀਂ ਲਾ ਰਹੇ ਸੀ ਦੋਸ਼ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਾਏ ਸੀ ਕਿ ਵੀ ਮੈਂ ਜਦੋਂ ਹੈਲੀਕਾਪਟਰ ਤੇ ਲੱਗਿਆ ਚਮਕੌਰ ਸਾਹਿਬ ਦੇ ਉੱਪਰੋਂ ਤੇ ਮੈਂ ਖੱਡਾ ਵੇਖੀ ਆ ਤੇ ਮੈਨੂੰ ਪਤਾ ਲੱਗਿਆ ਜੀ ਚੰਨੀ ਸਾਹਿਬ ਦੀਆਂ ਨੇ ਇਹਨਾਂ ਦਾ ਉਹਦੇ ਵਿੱਚ ਨਾ ਆਉਂਦਾ ਤੇ ਦੋਸ਼ ਤੇ ਸਭ ਨੂੰ ਪਤਾ ਮੈਂ ਤੇੰ ਦਿਨ ਪਹਿਲਾਂ ਚਮਕੌਰ ਸਾਹਿਬੋਂ ਗਿਆ ਆਇਆ ਤੇ ਉਥੇ ਦੇ ਆਮ ਲੋਕੀ ਕਹੀ ਜਾਂਦੇ ਨੇ ਜੇ ਬਿਨਾ ਨੰਬਰ ਦੇ ਜਿਹੜੇ ਟਿਪਰ ਭਜੀ ਜਾਂਦੇ ਆ ਰੇਤ ਲੈ ਕੇ ਤੇ ਹੋਰ ਮਾਈਨਿੰਗ ਦੇ ਹੋਰ ਚੀਜ਼ਾਂ ਲੈ ਕੇ ਤੇ ਸਾਨੂੰ ਸਪੱਸ਼ਟਤਾ ਕੋਣ ਕਰ ਰਿਹਾ ਤੇ 20 ਤਰੀਕ ਨੂੰ ਆਪਾਂ ਇਹਦਾ ਜਵਾਬ ਵੀ ਬਣਵਾ ਦੇਾਂਗੇ। ਤਾਂ ਹੋਏਗਾ ਕਾਂਗਰਸ ਪਾਰਟੀ ਨੂੰ ਜਿਵੇਂ ਸੀਐਮ ਚੰਨ ਸਿੰਘ ਚੰਨੀ ਹੋਣ ਤੇ ਦੁਬਾਰਾ ਭਰੋਸਾ ਕੀਤਾ ਗਿਆ ਉਹਨਾਂ ਨੇ ਚਿਹਰਾ ਬਣਾਇਆ ਗਿਆ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਆਊਗਾ 111 ਦਿਨ ਦਾ ਕਾਰਜਕਾਲ ਹੋਵੇ ਉਸ ਤੋਂ ਇਲਾਵਾ ਉਹਨਾਂ ਵੱਲੋਂ ਹੋਰ ਸਮਾਂ ਮੰਗੇ ਜੇ ਫਾਇਦਾ ਹੋਵੇ ਕਿ ਵੋਟ ਬੈਂਕ ਆ ਵੇਖੋ ਲੋਕ ਅੱਜ ਮਹਿਸੂਸ ਕਰਦੇ ਨੇ ਕਿ ਅਸੀਂ 5 ਸਾਲ ਵਾਸਤੇ ਕਾਂਗਰਸ ਦੀ ਸਰਕਾਰ ਚ ਹਣੀ ਸੀ। ਤੇ ਜੇ 5 ਸਾਲ ਦਾ ਅੱਜ ਮੈਂ ਚੈਲੰਜ ਕਰਦਾ ਜੇ ਹਿਸਾਬ ਕਿਤਾਬ ਦੇਣ ਇਹਨਾਂ ਦੀ ਹਿੰਮਤ ਨਹੀਂ ਹੈਗੀ ਕਿ ਇਹ 5 ਸਾਲ ਦਾ ਹਿਸਾਬ ਕਿਤਾਬ ਪਬਲਿਕ ਅੱਗੇ ਰੱਖ ਸਕਣ ਕਿਉਂਕਿ 5 ਸਾਲਾਂ ਵਿੱਚੋਂ 4.5 ਸਾਲ ਜਿਸ ਮੁੱਖ ਮੰਤਰੀ ਦੀ ਸਰਕਾਰ ਚੱਲੀ ਉਹਨੂੰ ਦੇ ਪਾਰਟੀ ਨੇ ਆਪ ਹੀ ਸਸਪੈਂਡ ਕਰਤਾ ਮੈਨੂੰ ਲੱਗਦਾ ਇਤਿਹਾਸ ਪਹਿਲੀ ਵਾਰ ਇਦਾਂ ਹੋਇਆ ਹੋਣਾ ਕਿ ਕਿਸੇ ਮੁੱਖ ਮੰਤਰੀ ਨੂੰ ਉਹਦੀ ਨਲੈਕੀ ਕਰਕੇ ਉਹਦੇ ਕੰਮ ਨਾ ਕਰਨ ਕਰਕੇ ਪਾਰਟੀ ਨੇ ਸਸਪੈਂਡ ਕਰ ਦਿੱਤਾ ਹੋਵੇ ਇਹ ਸਾਰੀ 5 ਸਾਲ ਦੀ ਨਾਕਾਮੀਆਂ ਦਾ ਹਿਸਾਬ ਕਿਤਾਬ 20 ਤਰੀਕ ਨੂੰ ਪੰਜਾਬ ਦੇ ਲੋਕ ਲੈਂਡ ਦੀ ਤਿਆਰ ਬੈਠੇ ਨੇ ਕੱਲ ਜੋ ਸੀਐਮ ਚੇਰੇ ਦੀ ਅਨਾਉਂਸਮੈਂਟ ਕੀਤੀ ਜਾਣੀ ਸੀ ਹਾਲਾਂਕਿ ਪਹਿਲਾਂ ਹੀ ਜਾਣਕਾਰੀ ਆ ਗਈ ਸੀ ਕਿ ਚਰਨਜ ਸਿੰਘ ਚੰਨੀ ਹੋਰਾਂ ਦੇ ਨਾਮ ਤੇ ਮੋਹਰ ਲੱਗ ਸਕਦੀ ਆ ਪਰ ਉਸ ਮੋਹਰ ਲੱਗਣ ਤੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਆ ਨੀਜੀ ਹੋਟਲ ਦੇ ਲੁਧਿਆਣਾ ਦੇ ਵਿੱਚ ਮੀਟਿੰਗ ਹੁੰਦੀ ਆ ਕਿਉਂਕਿ ਕਹਿੰਦੇ ਨੇ ਰੇਸ ਦੇ ਵਿੱਚ ਦੋ ਜਾਣੇ ਸੀ ਚਰਨਜ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਮਨੋਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਸਟੇਜ ਤੇ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਖੀ ਕਹਿ ਸਕਦੇ ਹਾਂ ਕਿ ਦੋਵੇਂ ਆਗੂ ਕਹਿੰਦੇ ਕਿ ਅਸੀਂ ਰਲ ਕੇ ਚੱਲਾਂਗੇ ਕਿਸ ਤਰ੍ਹਾਂ ਦੇਖਦੇ ਹੋ ਕੁਰੇ ਜੀ ਦੇਖੋ ਅੱਜ ਮੈਂ ਸਿਰਫ ਕੱਲ ਦੀ ਗੱਲ ਨਹੀਂ ਕਰਦਾ ਤੁਸੀਂ ਪਿਛਲੇ ਕੁਝ ਮ ਯਾ ਪਿਛਲੇ 5 ਸਾਲ ਦੇ ਅੰਦਰ ਵੀ ਪੰਜਾਬ ਕਾਂਗਰਸ ਦੀ ਗਵਰਨੈਂਸ ਵੇਖੋ ਤੇ ਇੱਕ ਗੁੱਟਬੰਦੀ ਧੜੇਬਾਜ਼ੀ ਸਾਫ਼ ਤੌਰ ਤੇ ਨਜ਼ਰ ਆਈ ਹੈ ਪੰਜਾਬ ਦੇ ਲੋਕਾਂ ਨੂੰ ਅੱਜ ਇੱਕ ਸਟੇਬਲ ਗਵਰਨੈਂਸ ਦੀ ਲੋੜ ਹੈ ਇੱਕ ਚੰਗੀ ਸਰਕਾਰ ਜੋ ਆਮ ਲੋਕਾਂ ਨੂੰ ਕੀਤੇ ਵਾਦੇ ਪੂਰੇ ਕਰ ਸਕੇ ਉਹਦੀ ਲੋੜ ਹੈ ਤੇ ਉਹ ਲੋਕਾਂ ਨੂੰ ਸਭ ਨੂੰ ਪਤਾ ਹੈ ਕਿ ਕਿਹੜੇ ਬੰਦਿਆਂ ਤੇ ਭਰੋਸਾ ਕਰਕੇ ਅਸੀਂ ਧੋਖਾ ਖਾਦਾ ਤੇ ਕਿਹੜੀ ਪਾਰਟੀ ਤੇ ਪਰ ਯਕੀਨ ਕਰਕੇ ਅਸੀਂ ਆਪਣੇ ਕੰਮ ਕਰਵਾ ਸਕਦੇ ਹਾਂ ਪੰਜਾਬ ਦੇ ਲੋਕੀ ਆਉਣ ਵਾਲੀ 20 ਤਰੀਕ ਨੂੰ ਚਾਲੂ ਤੇ ਬਟਨ ਦਬਾ ਲਈ ਤਿਆਰ ਬੈਠੇ ਨੇ ਕੀ ਲੱਗਦਾ ਕਾਟੋਕਲਿਸ਼ ਵਧੇਗਾ ਪਾਕ ਵਧਿਆ ਪਿਆ ਤੇ ਬਸ ਮੈਨੂੰ ਲੱਗਦਾ ਕਦੇ ਨਾ ਕਿਸੇ ਵੀ ਦਿਨ ਬੰਮ ਫਟ ਸਕਦਾ ਹਲੇ 3-4 ਦਿਨ ਪਹਿਲਾਂ ਜਖੜ ਸਾਹ ਫਟੇ ਸੀ ਤੇ ਫਿਰ ਇਹ ਤੇ ਰੋਜ਼ ਦਾ ਕੰਮ ਹੈ ਲੋਕਾਂ ਨੂੰ ਵੀ ਆਦਤ ਪੈ ਗਈ ਹੈ ਲੋਕਾਂ ਲੋਕ ਅੱਕੇ ਬੈਠੇ ਨੇ ਇਹਨਾਂ ਦੇ ਰੋਜ਼-ਰੋਜ਼ ਦੇ ਕਲੇਸ਼ ਤੋਂ ਅੱਗੇ ਨੇ ਲੋਕੀ ਕੀ ਸਟੇਬਲ ਗਵਰਨਮੈਂਟ ਪਾਲਦੇ ਨੇ 20 ਤਰੀਕ ਨੂੰ ਆਪਣਾ ਫੈਸਲਾ ਦੇਣਗੇ ਬੋ ਬੋ ਧੰਨਵਾਦ ਜਰਨੈਲ ਸਿੰਘ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ 20 ਤਰੀਕ ਨੂੰ ਲੋਕੀ ਆਪਣਾ ਫੈਸਲਾ ਸੁਣਾਉਣਗੇ ਅਤੇ ਕਾਂਗਰਸ ਦੇ ਵਿੱਚ ਕ੍ਰਾਪਸ਼ਨ ਹੋਣਾ ਭ੍ਰਿਸ਼ਟਾਚਾਰ ਹੋਣਾ ਕਿਤੇ ਨਾ ਕਿਤੇ ਇੱਕ ਕੁਆਲਿਫਿਕੇਸ਼ਨ ਬਣ ਚੁੱਕੀ ਹੈ ਜਿਸ ਦੇ ਆਧਾਰ ਤੇ ਜਰਨੈਲ ਸਿੰਘ ਕਹਿ ਰਹੇ ਨੇ ਕਿ ਚੰਦਰ ਸਿੰਘ ਚੰਨੀ ਹੋਣਾ ਤੇ ਦੁਬਾਰਾ ਭਰੋਸਾ ਕੀਤਾ ਗਿਆ ਤੇ ਉਸ ਨੂੰ ਉਹਨਾਂ ਨੂੰ ਜਿਹੜਾ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਕਿ ਐਲਾਨਿਆ ਗਿਆ ਕੈਮਰਾਮੈਨ ਤਲੀਬ ਦੇ ਨਾਲ ਕਮਲਦੀ ਪਲੀਵਿੰਡੇ ਨੂੰ ਚੰਨੀ